ਹੈਲੋ एवरीवन ਆਪਾਂ ਐਜੂਕੇਸ਼ਨ ਰਿਕਰੂਟਮੈਂਟ ਬੋਰਡ ਦੀ ਵੈਬਸਾਈਟ ਤੇ ਜੋ 6835 ਵਾਲੀ ਹੈ ਸੋ ਜਦੋਂ ਆਪਾਂ ਇਸ ਨੂੰ ਰੀਫਰੈਸ਼ ਕਰਦੇ ਹਾਂ ਇੱਕ ਅਪਡੇਟ ਆਈ ਹੈ ਉਹ ਅਪਡੇਟ ਜੋ ਹੈ ਸਾਰੇ ਹੀ ਕੈਂਡੀਡੇਟ ਜੋ ਸਕਰੂਟੀ ਕਰਵਾਉਣ ਜਾ ਰਹੇ ਆ ਉਹਨਾਂ ਦੇ ਲਈ ਜ਼ਰੂਰੀ ਹੈ ਸੋ ਉਹ ਅਪਡੇਟ ਹੈ ਕੋਵਿਡ 19 ਇਨਸਟਰਕਸ਼ਨ ਫੋਰ ਕੈਂਡੀਡੇਟ ਕਮਿੰਗ ਫੋਰ ਸਕਰੂਟੀ ਜੋ 29 12 2021 ਦੀ ਹੈ ਇਸ ਅਪਡੇਟ ਦੇ ਵਿੱਚ ਕੀ ਕਿਹਾ ਗਿਆ ਔਰ ਕਿੰਨੀਆਂ ਡੋਜ਼ ਜੋ ਹੈ ਉਹ ਹਰੇਕ ਕੈਂਡੀਡੇਟ ਨੂੰ ਚਾਹੀਦੀਆਂ ਜੋ ਸਕਰੂਟੀ ਕਰਵਾਉਣ ਜਾ ਰਹੇ ਆ ਔਰ ਕੀ ਕੀ ਹੋਰ ਚਾਹੀਦਾ ਹੈ ਔਰ ਇਸ ਦੇ ਵਿੱਚ ਵੀਡੀਓ ਦੇ ਵਿੱਚ ਦੱਸਿਆ ਜਾਏਗਾ ਸੋ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਜ਼ਰੂਰ ਦੇਖਿਓ ਸੋ ਇਹ ਜੋ ਹੈ ਪੀਡੀਐਫ ਓਪਨ ਹੋ ਕੇ ਆ ਚੁੱਕੀ ਹੈ ਇਹ 29 12 2021 ਨੂੰ ਜੋ ਹੈ ਅਪਡੇਟ ਆਈ ਹੈ ਸੋ ਇਸ ਦੇ ਵਿੱਚ ਕੀ ਕਹਿ ਗਿਆ ਹੈ ਕਿ ਵਿਭਾਗ ਵੱਲੋਂ 68 35 ਈਟੀਟੀ ਕਾਡਰ ਅਤੇ ਜੇਲ੍ਹ ਵਿਭਾਗ ਵਿੱਚ 22 ਈਟੀਟੀ ਕਾਡਰ ਅਸਾਮੀਆਂ ਦੀ ਸਕਰੂਟੀ ਜੋ ਹੈ 28 12 2021 ਤੋਂ ਸ਼ੁਰੂ ਕੀਤੀ ਜਾ ਚੁੱਕੀ ਹੈ ਇਸ ਲਈ ਸਕਰੂਟੀ ਵਿੱਚ ਹਾਜ਼ਰ ਹੋਣ ਵਾਲੇ ਉਮੀਦਵਾਰਾਂ ਅਤੇ ਉਹਨਾਂ ਨਾਲ ਆਉਣ ਵਾਲੇ ਪਰਿਵਾਰਕ ਮੈਂਬਰਾਂ ਨੂੰ ਹਦਾਇਤ ਕੀਤੀ ਜਾਂਦੀ ਹੈ ਕਿ ਉਹ ਕੋਵਿਡ-19 ਸੰਬੰਧੀ ਸਰਕਾਰ ਵੱਲੋਂ ਸਮੇਂ-ਸਮੇਂ ਤੇ ਜਾਰੀ ਕੀਤੀਆਂ ਗਾਈਡਲਾਈਨਸ ਦੀ ਇਨਬਿਨ ਪਾਲਣਾ ਕਰਨ ਮਤਲਬ ਉਹ ਇੱਕ ਤਾਂ ਮਾਸਕ ਪਾ ਕੇ ਹੋਣ ਔਰ ਸੋਸ਼ਲ ਡਿਸਟੈਂਸਿੰਗ ਦੀ ਪਾਲਣਾ ਕਰਨ ਇਹ ਜੋ ਹੈ ਹਦਾਇਤਾਂ ਨੇ ਇਸ ਤੋਂ ਇਲਾਵਾ ਜੋ ਉਮੀਦਵਾਰ ਹੈ ਜੋ ਕੈਂਡੀਡੇਟ ਹੈ ਆਪਣਾ ਕੋਵਿਡ ਵੈਕਸੀਨੇਸ਼ਨ ਦੀਆਂ ਦੋਵੇਂ ਡੋਜ਼ਸ ਮਤਲਬ ਦੋ ਡੋਜ਼ਸ ਲੱਗੀਆਂ ਹੋਣੀਆਂ ਚਾਹੀਦੀਆਂ ਉਸ ਦਾ ਸਰਟੀਫਿਕੇਟ ਚੈੱਕ ਕਰਵਾਉਣਾ ਯਕੀਨੀ ਬਣਾਉਣਗੇ ਮਤਲਬ ਜਦੋਂ ਵੀ ਤੁਹਾਨੂੰ ਦੋ ਡੋਜ਼ਸ ਲੱਗੀਆਂ ਹੋਈਆਂ ਹਨ ਕੋਵਿਡ 19 ਦੀਆਂ ਉਸ ਦੇ ਕੀ ਹੈ ਤੁਹਾਡੇ ਕੋਲ ਡਾਕੂਮੈਂਟ ਹੋਣੇ ਚਾਹੀਦੇ ਆ ਸਰਟੀਫਿਕੇਟ ਹੋਣੇ ਚਾਹੀਦੇ ਆ ਉਸ ਦੇ origignal ਸਰਟੀਫਿਕੇਟ ਲੈ ਜਾਓ ਇੱਕ ਪ੍ਰਿੰਟ ਕਰਵਾ ਕੇ ਔਰ ਨਾਲ ਹੀ ਉਸ ਦੀਆਂ ਜ਼ੀਰੋਕਸ ਮਤਲਬ ਫੋਟੋਕਾਪੀ ਕਰਵਾ ਕੇ ਉਹ ਲੈ ਜਿਓ ਸੋ ਇਹ ਅਪਡੇਟ ਆਈ ਹੈ ਔਰ ਕੋਈ ਅਪਡੇਟ ਆਏਗੀ ਤਾਂ ਤੁਹਾਨੂੰ ਇਨਫੋਰਮ ਕੀਤਾ ਜਾਏਗਾ ਇਸ ਤੋਂ ਇਲਾਵਾ ਗੱਲ ਕਰਦੇ ਹਾਂ ਜੋ ਕੱਲ ਸਕਰੂਟੀ ਹੋਈ ਹੈ ਉਸ ਦੇ ਉੱਪਰ ਇੱਕ ਵੀਡੀਓ ਬਣਾ ਕੇ ਦੱਸੀ ਜਾਏਗੀ ਕਿ ਕੱਲ ਸਕਰੂਟੀ ਦੇ ਵਿੱਚ ਕੀ ਕੀ ਹੋਇਆ ਸੋ ਚੈਨਲ ਨਾਲ ਨਵੇਂ ਜੁੜਿਓ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਔਰ ਨਾਲ ਦਿੱਤੇ ਹੋਏ ਬੈਲ ਆਈਕਨ ਦੇ ਬਟਨ ਨੂੰ ਜ਼ਰੂਰ ਦਬਾ ਲੈਣਾ ਸੋ ਥੈਂਕ ਯੂ ਸੋ ਮੱਚ